ਮੋਹਾਲੀ ਜ਼ਿਲ੍ਹੇ ਦੇ ਲਾਲੜੂ ਦੇ ਪਿੰਡ ਜੋਲੀ ਦੇ ਵਿੱਚ ਇੱਕ ਦਰਦਨਾਕ ਹਾਦਸਾ ਹੋਇਆ ਜਿਦੇ ਵਿੱਚ ਇੱਕ 25 ਸਾਲ ਦਾ ਨੌਜਵਾਨ ਟਿੱਪਰ ਦੇ ਥੱਲੇ ਆ ਗਿਆ ਹਾਲਾਂਕਿ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਮੌਤ ਤੋਂ ਬਾਅਦ ਜਿਹੜੇ ਪਰਿਵਾਰਿਕ ਮੈਂਬਰ ਸੀ ਉਹਨਾਂ ਨੇ ਹੰਗਾਮਾ ਕੀਤਾ ਪੂਰਾ ਰੋੜ ਜਾਮ ਕਰਕੇ ਪੂਰਾ ਹੰਗਾਮਾ ਕੀਤਾ ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚੀ ਤੇ ਪੁਲਿਸ ਤੇ ਵੀ ਜਿਹੜੇ ਪਰਿਵਾਰਿਕ ਮੈਂਬਰ ਸੀ ਤੇ ਪਿੰਡ ਦੇ ਨੇੜੇ ਤੇੜੇ ਦੇ ਲੋਕ ਸੀ ਉਹਨਾਂ ਵੱਲੋਂ ਪਥਰਾਵ ਵੀ ਕੀਤਾ ਹਾਲਾਂਕਿ ਸਿਚੁਏਸ਼ਨ ਨੂੰ ਸਾਹਮਦੇ ਹੋਏ ਪੁਲਿਸ ਫੋਰਸ ਹੋਰ ਵੀ ਬੁਲਾਈ ਗਈ ਤੇ ਲੋਕਾਂ ਨੂੰ ਸ਼ਾਂਤ ਕੀਤਾ ਹਾਲਾਂਕਿ ਕਾਫੀ ਆਪਸ ਵਿੱਚ ਪੁਲਿਸ ਦੀ ਤੇ ਲੋਕਾਂ ਦੀ ਝੜਪ ਵੀ ਹੋਈ ਹਾਲਾਂਕਿ ਕਾਫੀ ਮੁਸ਼ਕਲ ਤੋਂ ਬਾਅਦ ਪੁਲਿਸ ਨੇ ਜਿਹੜਾ ਮੌਬ ਸੀ ਜਿਹੜਾ ਭੀੜ ਸੀ ਉਹਨਾਂ ਨੂੰ ਸ਼ਾਂਤ ਕੀਤਾ ਤੇ ਬੋਡੀ ਨੂੰ ਆਪਣੇ ਕਬਜ਼ੇ 'ਚ ਲੈ ਕੇ ਹਸਪਤਾਲ ਦੇ ਵਿੱਚ ਰਖਵਾਇਆ ਤੁਹਾਨੂੰ ਦੱਸ ਦਈਏ ਕਿ ਨੇੜੇ ਦੇ ਹੀ ਪਿੰਡ ਦਾ ਇਹ ਨੌਜਵਾਨ ਹੈ ਜੋ ਕਿ ਬਾਈਕ ਤੇ ਜਾ ਰਿਹਾ ਸੀ ਅਚਾਨਕ ਟਿੱਪਰ ਚਾਲਕ ਨੇ ਉਨੁਖ ਖਦੇੜਤਾ ਹਾਲਾਂਕਿ ਉਹਦੀ ਮੌਕੇ ਤੇ ਹੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਨਾਲ ਦੇ ਹੀ ਭੱਟੇ ਤੇ ਉਹ ਕੰਮ ਕਰਦਾ ਸੀ ਤੇ ਆਪਣੇ ਕੰਮ ਤੇ ਜਾ ਰਿਹਾ ਸੀਗਾ ਜਿਸ ਵਕਤ ਇਹ ਪੂਰਾ ਹਾਦਸਾ ਹੋਇਆ ਲੇਕਿਨ ਪਰਿਵਾਰਿਕ ਮੈਂਬਰ ਔਰ ਨੇੜੇ ਜਿਨ੍ਹਾਂ ਦੇ ਰਿਸ਼ਤੇਦਾਰ ਸੀਗੇ ਉਹਨਾਂ ਵੱਲੋਂ ਕਾਫੀ ਹੰਗਾਮਾ ਕੀਤਾ ਪੁਲਿਸ ਪ੍ਰਸ਼ਾਸਨ ਤੇ ਕਾਫੀ ਇਲਜ਼ਾਮ ਵੀ ਲਾਏ ਕਿ ਕਾਫੀ ਲੇਟ ਪੁਲਿਸ ਉੱਥੇ ਪਹੁੰਚਦੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਈ ਹਾਲਾਂਕਿ ਟਿਪਰ ਚਾਲਕ ਮੌਕੇ ਤੇ ਟਿਪਰ ਛੱਡ ਕੇ ਉੱਥੋਂ ਫਰਾਰ ਹੋ ਗਿਆ ਹੁਣ ਤੱਕ ਦੀ ਜਾਣਕਾਰੀ ਮਿਲੀ ਹੈ ਕਿ ਮਾਮਲਾ ਦਰਜ ਕਰਨ ਦੀ ਤਿਆਰੀ ਹੈ ਟਿਪਰ ਨੂੰ ਆਪਣੇ ਕਬਜ਼ੇ 'ਚ ਲੈ ਲ ਇਹ ਪੂਰੇ ਪਿੰਡ ਦੇ ਲੋਕ ਉੱਥੇ ਇਕੱਠੇ ਹੋਏ ਸੀ ਪੁਲਿਸ ਤੇ ਪਥਰਾਵ ਕੀਤਾ ਸੀ ਜਿਸ ਨੂੰ ਲੈ ਕੇ ਬੜੀ ਮੁਸ਼ਕਲ ਦੇ ਨਾਲ ਪੁਲਿਸ ਨੇ ਉਹਦੇ ਤੇ ਕਾਬੂ ਪਾਇਆ ਹਾਲਾਂਕਿ ਹੁਣ ਪੁਲਿਸ ਅਧਿਕਾਰੀਆਂ ਦੇ ਮੁਤਾਬਿਕ ਮਾਮਲਾ ਜਿਹੜਾ ਹੈ ਉਹ ਬੜਾ ਮੁਸ਼ਕਿਲ ਨਾਲ ਸ਼ਾਂਤ ਕਰਾਇਆ ਤੇ ਲੋਕਾਂ ਨੂੰ ਵੀ ਸਮਝਾਇਆ ਗਿਆ ਮਾਮਲਾ ਜਿਹੜਾ ਹੈ ਉਹ ਦਰਜ ਕੀਤਾ ਜਾ ਰਿਹਾ ਹੈ ਟਿੱਪਰ ਮਾਲਿਕ ਹੈ ਕੌਣ ਨੇ ਇਹ ਪੂਰੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਲਾਲੜੂ ਤੋਂ ਕੈਮਰਾਮੈਨ ਵਿਨੋਦ ਕੁਮਾਰ ਨਾਲ ਮਨੋਜ 라ਠੀ ਨਿਊਜ਼ 18 ਪੰਜਾਬ ਮੋਹਾਲੀ ਜ਼ਿਲ੍ਹੇ ਦੇ ਲਾਲੜੂ ਦੇ ਪਿੰਡ ਜੋਲੀ ਦੇ ਵਿੱਚ ਇੱਕ ਦਰਦਨਾਖਾ ਹਾਦਸਾ ਹੋਇਆ ਜਿਦੇ ਵਿੱਚ ਇੱਕ 25 ਸਾਲ ਦਾ ਨੌਜਵਾਨ ਟਿੱਪਰ ਦੇ ਥੱਲੇ ਆ ਗਿਆ ਹਾਲਾਂਕਿ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਮੌਤ ਤੋਂ ਬਾਅਦ ਜਿਹੜੇ ਪਰਿਵਾਰਿਕ ਮੈਂਬਰ ਸੀ ਉਹਨਾਂ ਨੇ ਹੰਗਾਮਾ ਕੀਤਾ ਪੂਰਾ ਰੋਡ ਜਾਮ ਕਰਕੇ ਪੂਰਾ ਹੰਗਾਮਾ ਕੀਤਾ ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚੀ ਤੇ ਪੁਲਿਸ ਤੇ ਵੀ ਜਿਹੜੇ ਪਰਿਵਾਰਿਕ ਮੈਂਬਰ ਸੀ ਤੇ ਪਿੰਡ ਦੇ ਨੇੜੇ ਤੇੜੇ ਦੇ ਲੋਕ ਸੀ ਉਹਨਾਂ ਵੱਲੋਂ ਪਥਰਾਅ ਵੀ ਕੀਤਾ ਹਾਲਾਂਕਿ ਸਿਚੁਏਸ਼ਨ ਨੂੰ ਸਾਹਮਦੇ ਹੋਏ ਪੁਲਿਸ ਫੋਰਸ ਹੋਰ ਵੀ ਬੁਲਾਈ ਗਈ ਤੇ ਲੋਕਾਂ ਨੂੰ ਸ਼ਾਂਤ ਕੀਤਾ ਹਾਲਾਂਕਿ ਕਾਫੀ ਆਪਸ ਵਿੱਚ ਪੁਲਿਸ ਦੀ ਤੇ ਲੋਕਾਂ ਦੀ ਝੜਪ ਵੀ ਹੋਈ ਹਾਲਾਂਕਿ ਕਾਫੀ ਬਸ਼ੱਕਤ ਤੋਂ ਬਾਅਦ ਪੁਲਿਸ ਨੇ ਜਿਹੜਾ ਮੌਬ ਸੀ ਜਿਹੜਾ ਭੀੜ ਸੀ ਉਹਨਾਂ ਨੂੰ ਸ਼ਾਂਤ ਕੀਤਾ ਤੇ ਬੋਡੀ ਨੂੰ ਆਪਣੇ ਕਬਜ਼ੇ 'ਚ ਲੈ ਕੇ ਹਸਪਤਾਲ ਦੇ ਵਿੱਚ ਰਖਵਾਇਆ ਤਾਂ ਦੱਸ ਦਈਏ ਕਿ ਨੇੜੇ ਦੇ ਹੀ ਪਿੰਡ ਦਾ ਇਹ ਨੌਜਵਾਨ ਹੈ ਜੋ ਕਿ ਬਾਈਕ ਤੇ ਜਾ ਰਿਹਾ ਸੀ ਅਚਾਨਕ ਟਿਪਪਰ ਚਾਲਕ ਨੇ ਉਹਨੂੰ ਖਦੇੜਤਾ ਹਾਲਾਂਕਿ ਉਹਦੀ ਮੌਕੇ ਤੇ ਹੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਨਾਲ ਦੇ ਹੀ ਭੱਟੇ ਤੇ ਉਹ ਕੰਮ ਕਰਦਾ ਸੀ ਤੇ ਆਪਣੇ ਕੰਮ ਤੇ ਜਾ ਰਿਹਾ ਸੀਗਾ ਜਿਸ ਵਕਤ ਇਹ ਪੂਰਾ ਹਾਦਸਾ ਹੋ ਗਿਆ ਲੇਕਿਨ ਪਰਿਵਾਰਿਕ ਮੈਂਬਰ ਔਰ ਨੇੜੇ ਦਿਨਾਂ ਦੇ ਰਿਸ਼ਤੇਦਾਰ ਸਿਗੇ ਉਹਨਾਂ ਵੱਲੋਂ ਕਾਫੀ ਹੰਗਾਮਾ ਕੀਤਾ ਪੁਲਿਸ ਪ੍ਰਸ਼ਾਸਨ ਤੇ ਕਾਫੀ ਇਲਜ਼ਾਮ ਵੀ ਲਾਏ ਕਿ ਕਾਫੀ ਲੇਟ ਪੁਲਿਸ ਉੱਥੇ ਪਹੁੰਚਦੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਈ ਹਾਲਾਂਕਿ ਟਿਪਰ ਚਾਲਕ ਮੌਕੇ ਤੇ ਟਿਪਰ ਛੱਡ ਕੇ ਉੱਥੋਂ ਫਰਾਰ ਹੋ ਗਿਆ ਹੁਣ ਤੱਕ ਦੀ ਜਾਣਕਾਰੀ ਮਿਲੀ ਹੈ ਕਿ ਮਾਮਲਾ ਦਰਜ ਕਰਨ ਦੀ ਤਿਆਰੀ ਹੈ ਟਿਪਰ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ ਇਹ ਪੂਰੇ ਪਿੰਡ ਦੇ ਲੋਕ ਉੱਥੇ ਇਕੱਠੇ ਹੋਏ ਸੀ ਪੁਲਿਸ ਤੇ ਪਥਰਾਵ ਕੀਤਾ ਸੀ ਜਿਸ ਨੂੰ ਲੈ ਕੇ ਬੜੀ ਮੁਸ਼ਕਲ ਦੇ ਨਾਲ ਪੁਲਿਸ ਨੇ ਉਹਦੇ ਤੇ ਕਾਬੂ ਪਾਇਆ ਹਾਲਾਂਕਿ ਹੁਣ ਆਪ ਪੁਲਿਸ ਅਧਿਕਾਰੀਆਂ ਦੇ ਮੁਤਾਬਿਕ ਮਾਮਲਾ ਜਿਹੜਾ ਹੈ ਉਹ ਬੜਾ ਮੁਸ਼ਕਿਲ ਨਾਲ ਸ਼ਾਂਤ ਕਰਾਇਆ ਤੇ ਲੋਕਾਂ ਨੂੰ ਵੀ ਸਮਝਾਇਆ ਗਿਆ ਹੈ ਮਾਮਲਾ ਜਿਹੜਾ ਹੈ ਉਹ ਦਰਜ ਕੀਤਾ ਜਾ ਰਿਹਾ ਹੈ ਟਿੱਪਰ ਮਾਲਿਕ ਹੈ ਕੌਣ ਨੇ ਇਹ ਪੂਰੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਲਾਲੂ ਰੋ ਤੋਂ ਕੈਮਰਾਮੈਨ ਵਿਨੋਦ ਕੁਮਾਰ ਨਾਲ ਮਨੋਜ 라ਠੀ న్యూਸ 18 ਪੰਜਾਬ